ਇਹ ਜਾਗਣਾ, ਇਹ ਬੇਹੋਸ਼ੀ 'ਚ ਸੁਪਨਾ ਜਿਹਾ, ਇਹ ਸੌਣਾ, ਇਹ ਮੌਤ 'ਚੋਂ ਉੱਠਣਾ ਜਿਹਾ। ਬੇਹੋਸ਼ੀ 'ਚ ਉੱਠ ਹੋਸ਼ ਵਿੱਚ ਕੀ ਕਹਿ ਰਿਹਾ, ਕਹਿ ਰਿਹਾ, ਕਰ ਰਿਹਾ, ਇਹ ਕੀ ਹੋ ਰਿਹਾ। ਸਰੀਰ ਵਿੱਚ ਥਰਥਰਾਹਟ ਅਤੇ ਦੇਹੀ ਦਾ ਰਿੱਝਣਾ, ਆਨੰਦ ਦੀ ਵਰਖਾ ਅਤੇ ਸੁਰਤ ਦਾ ਭਿੱਜਣਾ। ਇਹ ਵਿਸਮਾਦੀ ਸਮਾਧੀ, ਇਹ ਚਿੰਤਨ ਦੇ ਰਾਗਾਂ, ਇਹ ਬੰਦੀ ਖਾਮੋਸ਼ੀ, ਇਹ ਸੁਰਤਾਂ ਦੀਆਂ ਜਾਗਾਂ, ਇਹ ਰੁਣਚਣ, ਇਹ ਦਿਲਕਸ਼ ਅਲੌਕਿਕ ਇਲਾਹੀ, ਇਹ ਇਕਾਕਰ, ਇਹ ਰਹਿਮਤ ਅਨਾਇਤ ਇਲਾਹੀ। ਇਹ ਜਲਾਲਾਂ ਜਮਾਲਾਂ ਅਲਾਪਾਂ ਨਗਾਰੇ, ਇਹ ਸੁੰਨਾ ਇਹ ਸਹਿਜਾ ਝਲਕਾਂ ਕਰਤਾਰੇ, ਇਹ ਰਹਿਮਤ ਇਹ ਕਿਰਪਾ, ਇਹ ਉਭਰੇ ਉਬਾਰੇ, ਇਹ ਕਣ ਕਣ ਇਹ ਮਦਹੋਸ਼ੀ, ਇਹ ਠਾਕੁਰ ਨਮਸਕਾਰੇ, 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 ਨਮਸਕਾਰੇ। ਖਿਆਲਾਂ ਦੇ ਸਮੁੰਦਰਾਂ ਵਿੱਚੋਂ ਨਿੱਘੇ ਸ਼ਬਦਾਂ ਦੇ ਨੀਰ, ਉੱਠ ਗੂੜੇ ਅੰਬਰਾਂ ਦੇ ਅਦ੍ਰਿਸ਼ਟ ਮੰਡਲਾਂ ਨੂੰ ਕਦੋਂ ਚੁੰਮਣਗੇ। ਹਿਰਦੇ ਵਿੱਚ ਗੁਪਤ ਪੰਛੀਆਂ ਦੀਆਂ ਡਾਰਾਂ ਉੱਠ, ਜਿਉਂਦੇ ਵਾਕ ਬਣ, ਕਦੋਂ ਲੈ ਸੁਰਨਾਦ ਵਿਸਮਾਦੀ ਰਾਗਾਂ ਵਿੱਚ ਝੂਮਣਗੇ। ਨੀਂਦ ਵਿੱਚ ਠਹਿਰੇ ਜਜ਼ਬਾਤ ਕਦੋਂ ਉੱਠ, ਚੜ੍ਹਦੀ ਕਵਿਤਾ ਦੀ ਸਤਰੰਗੀ ਪੀਂਘ ਚੜ੍ਹ, ਆਪਾਂ ਖੁਦੀ ਨੂੰ ਭੁੱਲਣਗੇ। ਖਾਮੋਸ਼ ਸ਼ੀਸ਼ੇ ਨੇ ਕਿਵੇਂ ਕੋਰੀ ਸੱਖਣੀ ਜ਼ਿਲਦ ਨੂੰ ਪੜਿਆ, ਉੱਠ ਨਕਸ਼ ਬੈਠ ਉਹ ਮਹਿਕ ਵਾਸ਼ਨਾ ਸੁਗੰਧੀ ਸੁੰਘਣਗੀ। ਪੰਨਾ ਜਵਾਬ ਮੰਗਦਾ ਹੈ। ਇਹ ਜਾਗਣਾ, ਇਹ ਬੇਹੋਸ਼ੀ 'ਚ ਸੁਪਨਾ ਜਿਹਾ, ਇਹ ਸੌਣਾ, ਇਹ ਮੌਤ 'ਚੋਂ ਉੱਠਣਾ ਜਿਹਾ। ਬੇਹੋਸ਼ੀ 'ਚ ਉੱਠ ਹੋਸ਼ ਵਿੱਚ ਕੀ ਕਹਿ ਰਿਹਾ, ਕਹਿ ਰਿਹਾ, ਕਰ ਰਿਹਾ, ਇਹ ਕੀ ਹੋ ਰਿਹਾ। ਸਰੀਰ ਵਿੱਚ ਥਰਥਰਾਹਟ ਅਤੇ ਦੇਹੀ ਦਾ ਰਿੱਝਣਾ, ਆਨੰਦ ਦੀ ਵਰਖਾ ਅਤੇ ਸੁਰਤ ਦਾ ਭਿੱਜਣਾ। ਇਹ ਵਿਸਮਾਦੀ ਸਮਾਧੀ, ਇਹ ਚਿੰਤਨ ਦੇ ਰਾਗਾਂ, ਇਹ ਬੰਦੀ ਖਾਮੋਸ਼ੀ, ਇਹ ਸੁਰਤਾਂ ਦੀਆਂ ਜਾਗਾਂ, ਇਹ ਰੁਣਚਣ, ਇਹ ਦਿਲਕਸ਼ ਅਲੌਕਿਕ ਇਲਾਹੀ, ਇਹ ਇਕਾਕਰ, ਇਹ ਰਹਿਮਤ ਅਨਾਇਤ ਇਲਾਹੀ। ਇਹ ਜਲਾਲਾਂ ਜਮਾਲਾਂ ਅਲਾਪਾਂ ਨਗਾਰੇ, ਇਹ ਸੁੰਨਾ ਇਹ ਸਹਿਜਾ ਝਲਕਾਂ ਕਰਤਾਰੇ, ਇਹ ਰਹਿਮਤ ਇਹ ਕਿਰਪਾ, ਇਹ ਉਭਰੇ ਉਬਾਰੇ, ਇਹ ਕਣ ਕਣ ਇਹ ਮਦਹੋਸ਼ੀ, ਇਹ ਠਾਕੁਰ ਨਮਸਕਾਰੇ, ਨਮਸਕਾਰੇ, ਨਮਸਕਾਰ। ਦੋ ਰੂਹਾਂ ਦਾ ਵਾਸਾ, ਸ਼ਬਦ ਕਿਰ ਰਹੇ ਮੈਂ ਚੁਗ ਰਿਹਾ, ਸਵਾਲ ਪਾ ਰਹੇ ਮੈਂ ਬੁੱਝ ਰਿਹਾ, ਖਿਆਲ ਪਰੋ ਵਾਕਾਂ ਵਿੱਚ ਮਾਰਚ ਰੀਟਾਂ ਜੋ ਸੁੱਝ ਰਿਹਾ,
ਧੁਨੀ ਸੁਣੀਂਦੀ ਤਾਰ ਵਜੀਂਦੀ ਕਾਂਬਾ ਛਿੜਦਾ ਹੈ। ਤਰਕਾਂ ਤੋਂ ਪਰੇ ਸ਼ਬਦਾਂ ਤੋਂ ਬਿਨਾਂ ਇੱਕ ਨਾਮ ਗਿੜਦਾ ਹੈ। ਹੋਂਦ ਮਿਟਾ ਆਪਣੀ ਇੱਕ ਦੀਵਾ ਖਿਲਦਾ ਹੈ। ਜਿਸਮ ਮਿਟਾ ਆਪਣਾ ਇੱਕ ਸੂਰਜ ਮਿਲਦਾ ਹੈ। ਦੀਵੇ ਸੂਰਜਾਂ ਤੱਕ ਉੱਠ ਦੌੜ ਉਡਾਨਾ ਨੇ ਮੇਰੀਆਂ ਹਾਲੀ ਦਿਸਦਿਆਂ ਤੋਂ ਪਰੇ ਅਣਦਿੱਖ ਉਡਾਨਾ ਮੈਦਾਨਾਂ ਦੀ ਭਾਲੀ ਸੁਣਿਆ ਉਸ ਦੇਸ਼ ਦੇ ਅੰਦਰ ਸਭ ਵੇਗ 'ਚ ਚੱਲਦਾ ਹੈ। ਬ੍ਰਹਿਮੰਡੀ ਨਾਦ ਜਿਹਾ ਚੁੱਪ ਚੁਪੀਤਾ ਹਨੇਰਾ ਚਾਨਣ ਵਿੱਚ ਢਲਦਾ ਹੈ। ਤੂੰ ਭਾਂਡਾ ਕਰ ਖਾਲੀ ਤੂੰ ਮਾਰ ਬਹਾਰੀ ਵੇ ਲਾ ਪੋਚਾ ਹੋਂਦ ਮਿਟਾ ਤੂੰ ਕਰ ਤਿਆਰੀ ਵੇ ਤੇਰੇ ਨਿੱਘੇ ਬਲਦੇ ਨੂੰ ਤੇਰੇ ਡਿੱਗਦੇ ਢਲਦੇ ਨੂੰ ਤੈਨੂੰ ਸ਼ਾਂਤ ਜਿਹਾ ਕਰਨਾ ਤੈਨੂੰ ਬਲਦੇ ਜਲਦੇ ਨੂੰ ਅਦੁੱਤੀ ਲੋ ਨੇ ਬੋਝ ਲਿਆ ਲੈ ਬੁੱਕਲ ਜੱਫੀ ਮਾਰੀ ਵੇ ਦੁਨੀਆ ਨਵੀਂ ਬਣ ਗਈ ਚਾਹੇ ਜਾਨ ਵੀ ਹਾਰੀ ਵੇ ਮੈਂ ਕਰ ਅੱਖਾਂ ਬੰਦ ਉਹ ਨਜ਼ਾਰਾ ਭਾਲਦਾ ਮੈਂ 3 ਮਹੀਨੇ ਕੱਟ ਨਹੀਂ ਸੀ ਪੂਰੇ ਸਾਲ ਦਾ ਮੈਂ ਦੁਨੀਆ ਪਰੇ ਵਿੱਚ ਵੱਸ ਰਿਹਾ ਖਾ ਖੇਲ ਜਾਗ ਨੀਂਦ ਵਿੱਚ ਹੱਸ ਰਿਹਾ ਇੱਕ ਤਨ ਦੋ ਰੂਹਾਂ ਦਾ ਵਾਸਾ ਸੀ ਮਾਂ ਮੇਰਾ ਘਰ ਮੈਂ ਵਿੱਚ ਇੱਕ ਕਾਸਾ ਸੀ ਮੈਂ ਵਿੱਚ ਇੱਕ ਕਾਸਾ ਸੀ। ਖਿਆਲਾਂ ਦੇ ਸਮੁੰਦਰਾਂ ਵਿੱਚੋਂ ਨਿੱਘੇ ਸ਼ਬਦਾਂ ਦੇ ਨੀਰ ਉੱਠ ਗੂੜੇ ਅੰਬਰਾਂ ਦੇ ਅਦ੍ਰਿਸ਼ਟ ਮੰਡਲਾਂ ਨੂੰ ਕਦੋਂ ਚੁੰਮਣਗੇ। ਪੰਨਾ ਸਵਾਲ ਪੁੱਛਦਾ ਹੈ ਹਿਰਦੇ ਵਿੱਚ ਗੁਪਤ ਪੰਛੀਆਂ ਦੀਆਂ ਡਾਰਾਂ ਉੱਠ ਜਿਉਂਦੇ ਵਾਕ ਬਣ ਕਦੋਂ ਲੈ ਸੁਰਨਾਦ ਵਿਸਮਾਦੀ ਰਾਗਾਂ ਵਿੱਚ ਝੂਮਣਗੇ। ਪੰਨਾ ਸਵਾਲ ਪੁੱਛਦਾ ਹੈ ਨੀਂਦ ਵਿੱਚ ਠਹਿਰੇ ਜਜ਼ਬਾਤ ਕਦੋਂ ਉੱਠ ਚੜ੍ਹਦੀ ਕਵਿਤਾ ਦੀ ਸਤਰੰਗੀ ਪੀਂਗ ਚੜ੍ਹ ਆਪਾਂ ਖੁਦੀ ਨੂੰ ਭੁੱਲਣਗੇ। ਉਹ ਪੰਨਾ ਸਵਾਲ ਪੁੱਛਦਾ ਹੈ ਖਾਮੋਸ਼ ਸ਼ੀਸ਼ੇ ਨੇ ਕਿਵੇਂ ਕੋਰੀ ਸੱਖਣੀ ਜ਼ਿਲਦ ਨੂੰ ਪੜਿਆ ਉੱਠ ਨਕਸ਼ ਬੈਠ ਉਹ ਮਹਿਕ ਵਾਸ਼ਨਾ ਸੁਗੰਧੀ ਸੁੰਘਣਗੀ। ਪੰਨਾ ਜਵਾਬ ਮੰਗਦਾ ਹੈ ਦੋ ਰੂਹਾਂ ਦਾ ਵਾਸਾ ਸ਼ਬਦ ਕਰ ਰਹੇ ਮੈਂ ਚੁਗ ਰਿਹਾ ਸਵਾਲ ਪਾ ਰਹੇ ਮੈਂ ਬੁੱਝ ਰਿਹਾ ਖਿਆਲ ਪਰੋ ਵਾਕਾਂ ਵਿੱਚ ਮਾਰਚ ਰੀਟਾਂ ਜੋ ਸੁੱਝ ਰਿਹਾ ਧੁਨੀ ਸੁਣੀਂਦੀ ਤਾਰ ਵਜੀਂਦੀ ਕਾਂਬਾ ਛਿੜਦਾ ਹੈ। ਤਰਕਾਂ ਤੋਂ ਪਰੇ ਸ਼ਬਦਾਂ ਤੋਂ ਬਿਨਾਂ ਇੱਕ ਨਾਮ ਗਿੜਦਾ ਹੈ। ਹੋਂਦ ਮਿਟਾ ਆਪਣੀ ਇੱਕ ਦੀਵਾ ਖਿਲਦਾ ਹੈ। ਜਿਸਮ ਮਿਟਾ ਆਪਣਾ ਇੱਕ ਸੂਰਜ ਮਿਲਦਾ ਹੈ। ਦੀਵੇ ਸੂਰਜਾਂ ਤੱਕ ਉੱਠ ਦੌੜ ਉਡਾਨਾ ਨੇ
ਮੇਰੀਆਂ ਹਾਲੀ ਦਿਸਦਿਆਂ ਤੋਂ ਪਰੇ ਅਣਦਿੱਖ ਉਡਾਨਾਂ ਮੈਦਾਨਾਂ ਦੀ ਭਾਲੀ। ਸੁਣਿਆ ਉਸ ਦੇਸ਼ ਦੇ ਅੰਦਰ ਸਭ ਵੇਗ 'ਚ ਚੱਲਦਾ ਹੈ, ਬ੍ਰਹਿਮੰਡੀ ਨਾਦ ਜਿਹਾ ਚੁੱਪ ਚੁਪੀਤਾ ਹਨੇਰਾ ਚਾਨਣ ਵਿੱਚ ਢਲਦਾ ਹੈ। ਤੂੰ ਭਾਂਡਾ ਕਰ ਖਾਲੀ, ਤੂੰ ਮਾਰ ਬਹਾਰੀ ਵੇ, ਲਾ ਪੋਚਾ ਹੋਂਦ ਮਿਟਾ, ਤੂੰ ਕਰ ਤਿਆਰੀ ਵੇ, ਤੇਰੇ ਨਿੱਘੇ ਬਲਦੇ ਨੂੰ, ਤੇਰੇ ਡਿੱਗਦੇ ਢਲਦੇ ਨੂੰ ਤੈਨੂੰ ਸ਼ਾਂਤ ਜਿਹਾ ਕਰਨਾ, ਤੈਨੂੰ ਬਲਦੇ ਜਲਦੇ ਨੂੰ ਅਦੁੱਤੀ ਲੌ ਨੇ ਬੋਚ ਲਿਆ। ਲੈ ਬੁੱਕਲ ਜੱਫੀ ਮਾਰੀ ਵੇ, ਦੁਨੀਆ ਨਵੀਂ ਬਣ ਗਈ ਚਾਹੇ ਜਾਨ ਵੀ ਹਾਰੀ ਵੇ। ਮੈਂ ਕਰ ਅੱਖਾਂ ਬੰਦ ਉਹ ਨਜ਼ਾਰਾ ਭਾਲਦਾ, ਮੈਂ 3 ਮਹੀਨੇ ਕੱਟ ਨਹੀਂ ਸੀ ਪੂਰੇ ਸਾਲ ਦਾ, ਮੈਂ ਦੁਨੀਆ ਪਰੇ ਵਿੱਚ ਵੱਸ ਰਿਹਾ, ਖਾ ਖੇਲ ਜਾਗ ਨੀਂਦ ਵਿੱਚ ਹੱਸ ਰਿਹਾ, ਇੱਕ ਤਨ ਦੋ ਰੂਹਾਂ ਦਾ ਵਾਸਾ ਸੀ, ਮਾਂ ਮੇਰਾ ਘਰ ਮੈਂ ਵਿੱਚ ਇੱਕ ਕਾਸਾ ਸੀ, ਮੈਂ ਵਿੱਚ ਇੱਕ ਕਾਸਾ ਸੀ। ਇਹ ਜਾਗਣਾ, ਇਹ ਬੇਹੋਸ਼ੀ 'ਚ ਸੁਪਨਾ ਜਿਹਾ, ਇਹ ਸੌਣਾ, ਇਹ ਮੌਤ 'ਚੋਂ ਉੱਠਣਾ ਜਿਹਾ, ਬੇਹੋਸ਼ੀ 'ਚ ਉੱਠ ਹੋਸ਼ ਵਿੱਚ ਕੀ ਕਹਿ ਰਿਹਾ, ਕਹਿ ਰਿਹਾ, ਕਰ ਰਿਹਾ, ਇਹ ਕੀ ਹੋ ਰਿਹਾ, ਸਰੀਰ ਵਿੱਚ ਥਰਥਰਾਹਟ ਅਤੇ ਦੇਹੀ ਦਾ ਰਿੱਝਣਾ, ਆਨੰਦ ਦੀ ਵਰਖਾ ਅਤੇ ਸੁਰਤ ਦਾ ਭਿੱਜਣਾ, ਇਹ ਵਿਸਮਾਦੀ ਸਮਾਧੀ, ਇਹ ਚਿੰਤਨ ਦੇ ਰਾਗਾਂ, ਇਹ ਮਨ ਦੀ ਖਾਮੋਸ਼ੀ, ਇਹ ਸੁਰਤਾਂ ਦੀਆਂ ਜਾਗਾਂ, ਇਹ ਰੁਣਚਣ, ਇਹ ਦਿਲਕਸ਼ ਅਲੌਕਿਕ ਇਲਾਹੀ, ਇਹ ਇਕਾਗਰ, ਇਹ ਰਹਿਮਤ ਅਨਾਇਤ ਇਲਾਹੀ, ਇਹ ਜਲਾਲਾਂ ਜਮਾਲਾਂ ਅਲਾਪਾਂ ਨਗਾਰੇ, ਇਹ ਸੁੰਨਾ ਇਹ ਸਹਿਜਾ ਝਲਕਾਂ ਕਰਤਾਰੇ, ਇਹ ਰਹਿਮਤ ਇਹ ਕਿਰਪਾ ਇਹ ਉਭਰੇ ਉਬਾਰੇ, ਇਹ ਕਣ ਕਣ ਇਹ ਮਦਹੋਸ਼ੀ, ਇਹ ਠਾਕੁਰ ਨਮਸਕਾਰੇ, ਨਮਸਕਾਰੇ, ਨਮਸਕਾਰ। ਮੇਰੀ ਮਾਂ ਮੈਨੂੰ ਅੱਜ ਖਵਾਬ ਵਿੱਚ ਲੈਣ ਆਈ, ਚੱਲ ਉੱਠ ਸਿਫਤੀ ਦੇ ਘਰ ਚੱਲੀਏ, ਇਹ ਕਹਿਣ ਆਈ। ਤੇ ਸਾਊ ਪੁੱਤ ਤੁਰ ਪਿਆ ਅੰਮੀ ਦਾ ਪੱਲਾ ਫੜ ਕੇ, ਚਾਰੇ ਪਾਸੇ ਪਹਿਰਾ ਸੀ, ਮੈਂ ਵੀ ਖੜ ਗਿਆ ਅੜ ਕੇ। ਸੰਗ ਮਰਮਰ ਦੇ ਪੱਬ ਤਰ੍ਹਾਂ ਕਰਾਂ ਸਿਰਾਂ ਦੀ ਗਿਣਤੀ, ਹਰ ਸਿਲ ਦੇ ਥੱਲੇ ਸੀਸ ਕਿੰਨੇ, ਇਹ ਕਰਾਂ ਮੈਂ ਮਿਣਤੀ। ਸਰੋਵਰ ਵੱਲ ਨਿਗਾਹ ਮਾਰੀ, ਅੱਖ ਮੇਰੀ ਚੁੱਕ ਗਈ, ਹਰ ਮੰਦਰ ਕੀ ਬਿਆਨ ਕਰਾਂ, ਬੋਲੀ ਮੇਰੀ ਮੁੱਕ ਗਈ। ਉਹ ਬੇਰੀ ਵੀ ਹਰੀ ਤੇ ਬਾਬਾ ਦੀਪ ਸਿੰਘ ਵੀ ਗੱਜਦਾ, ਉਹ ਮੀਰੀ ਪੀਰੀ ਵੀ ਜਿਉਂਦੀ ਜੋ, ਉਹ ਤਖ਼ਤ ਵੀ ਸੱਜਦਾ। ਸਮਾਂ ਜਿਵੇਂ ਖੜੋ ਗਿਆ, ਆਨੰਦ ਵਿੱਚ ਵਹਿ ਗਿਆ। ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਜ਼ਮੀਰ ਦਾ ਮਰਨਾ ਮੌਤ ਹੈ, ਯੋਧਾ ਹੋ ਕਹਿ ਗਿਆ।
ਤਿਲ ਫੁੱਲ ਸੇਵਾ ਪਾਈ ਮੇਰੀ ਮਾਂ ਨੇ, ਸ਼ਹੀਦਾਂ ਵਾਲੀ ਥਾਂ ਮੱਥਾ ਟਿਕਾਈ ਕੀਤੀ ਮੇਰੀ ਮਾਂ ਨੇ। ਜਿੱਦ ਮੈਂ ਫੜ ਲਈ ਕਾਲਾ ਹੀ ਸਾਫਾ ਲੈਣ ਦੀ, ਝੱਟ ਹੀ ਉਹ ਮੰਨ ਗਈ, ਬਸ ਦੇਰ ਸੀ ਉਹ ਕਹਿਣ ਦੀ। ਫੇਰ ਆਵਾਜ਼ ਆਈ ਤੇ ਖਾਬ ਮੇਰਾ ਟੁੱਟ ਗਿਆ, ਸਰੋਵਰ 'ਚ ਟੁੱਬੀ ਲਾਈ ਹੱਥ ਮੇਰਾ ਛੁੱਟ ਗਿਆ। ਨੀਂਦੋਂ ਉੱਠੀ ਕਲਮ ਚੱਕੀ, ਸਿਆਹੀ ਸੀ, ਦਵਾਤ ਸੀ, ਸਿਹਰਾ ਸੀ, ਪ੍ਰਸ਼ਾਦ ਸੀ, ਸ਼ਹੀਦਾਂ ਨਾਲ ਮੁਲਾਕਾਤ ਸੀ। ਖਿਆਲਾਂ ਦੇ ਸਮੁੰਦਰਾਂ ਵਿੱਚੋਂ ਨਿੱਘੇ ਸ਼ਬਦਾਂ ਦੇ ਨੀਰ, ਉੱਠ ਗੂੜੇ ਅੰਬਰਾਂ ਦੇ ਅਦ੍ਰਿਸ਼ਟ ਮੰਡਲਾਂ ਨੂੰ ਕਦੋਂ ਚੁੰਮਣਗੇ? ਪੰਨਾ ਸਵਾਲ ਪੁੱਛਦਾ ਹੈ, ਹਿਰਦੇ ਵਿੱਚ ਗੁਪਤ ਪੰਛੀਆਂ ਦੀਆਂ ਡਾਰਾਂ ਉੱਠ, ਜਿਉਂਦੇ ਵਾਕ ਬਣ, ਕਦੋਂ ਲੈ ਸੁਰ ਨਾਦ ਵਿਸਮਾਦੀ ਰਾਗਾਂ ਵਿੱਚ ਝੂਮਣਗੇ? ਪੰਨਾ ਸਵਾਲ ਪੁੱਛਦਾ ਹੈ, ਨੀਂਦ ਵਿੱਚ ਠਹਿਰੇ ਜਜ਼ਬਾਤ ਕਦੋਂ ਉੱਠ, ਚੜ੍ਹਦੀ ਕਵਿਤਾ ਦੀ ਸਤਰੰਗੀ ਪੀਂਘ ਚੜ, ਆਪਾਂ ਖੁਦੀ ਨੂੰ ਭੁੱਲਣਗੇ? ਉਹ ਪੰਨਾ ਸਵਾਲ ਪੁੱਛਦਾ ਹੈ, ਖਾਮੋਸ਼ ਸ਼ੀਸ਼ੇ ਨੇ ਕਿਵੇਂ ਕੋਰੀ ਸੱਖਣੀ ਜ਼ਿਲਦ ਨੂੰ ਪੜਿਆ, ਉੱਠ ਨਕਸ਼ ਬੈਠ ਉਹ ਮਹਿਕ ਵਾਸ਼ਨਾ ਸੁਗੰਧੀ ਸੁੰਘਣਗੀ? ਪੰਨਾ ਜਵਾਬ ਮੰਗਦਾ ਹੈ, ਜਵਾਬ